सत श्री अकाल दोस्तों, मैं सुप्रीत कौर एक बार फिर तो तुहाडा स्वागत कर दी हाँ अपने प्रोग्राम मेल मिलाप। अज असीं पहुंचे जिला मोगा दे पिंड चुगावां ते आओ तुहानू मिलवाने आ इत्थों दे सरपंच नरेंद्र कौर दे प्रतिनिधि बलजीत सिंह जी दे नाल ते जानदे आ इस पिंड दी कहानी सरपंच साहब दी जुबानी। सत श्री अकाल सर। सत श्री अकाल सर, स्वागत है तुहाडा साडे चैनल ते। धन्यवाद सर। साडे दर्शक जानना चाहुंदे आ कि सरपंची चाहण तों पहलां तुसीं की कारोबार करदे सी ते सरपंची च तुहाडा किदां आना होया? सरपंच तो पहला जी मैं मेरा टेंट हाउस का कारोबार है जी। टेंट का काम करता मैं जी, तो आल मेरी दुकान है जी। यानी पार्टी तौर पे नगर ने फिर मैं चुनिया, वोटा पाइया, सहयोग दिता, नगर वासियों का भी धन्यवाद जी। सर, 1.5 साल तो उपर टाइम हो गया तो सरपंच बने को केड़े कामां नु तुसी पहल दे आधार ते कीता? सब तो पहला जी असीं पिंड दे विच जो जरूरत है असी पार्कों का कम जिहड़ा है जिहड़ी जगह ते रूड़ियां सीगियां अपने NRI भरावां दे सहयोग दे नाल असी पार्कां बनाईयां। उस दे विच 10 तों 12 लाख रुपया असी लोकां ने दित्ता सानू, वो पार्कां असी तैयार कीतियां। साढ़े सब तो पहले मैं दसना चाहुंदा साढ़े NRI जी जी आ सरदार हरभजन सिंह जी, इस नगर दे आ, इंग्लैंड दे विच रह रहे आ, बहुत वड्डा योगदान जिहड़ा वो नगर दे विच वो पा रहे आ, अगे भी पाउणगे, पिछे भी उन्होंने बहुत जिहड़ा योगदान वो पाया जी। सर, तुहाडा पिंड स्कूल नूं लैके कित्थे खड़ा है, सिक्ख्या पद्धर कित्थों तक दा है? साढ़े 10वीं तक है जी क्लास इत्थे, ते प्राइमरी स्कूल है, एक हाई स्कूल है, दो स्कूल है साढ़े। सर, कुड़ियां मुंडे दा इकट्ठा है? हाँ जी, इकट्ठा है स्कूल। सर, पिंडां च देखिया जावे कुड़ियां मुंडियां च फर्क कीता जांदा, तुहाडे पिंड च की स्थिति है? नहीं जी, कोई फर्क नहीं है, 10वीं क्लास दे विच बच्चे वधिया पढ़दे। सर, अज दा इक मुद्दा चल रहा है आर्टिकल 3 नूं लैके जो कि मोदी सरकार ने पास कीती है, उहदे बारे तुहाडा की कहना है? ਉਹ ਆਰਡੀਨੈਂਸ ਜੀ ਉਹ ਕਿਸਾਨਾਂ ਦੇ ਵਿਰੁੱਧ ਹੈ। ਅਸੀਂ ਪੰਚਾਇਤ ਨੇ ਕੱਲ੍ਹ ਆਮ ਅਜਲਾਸ ਬੁਲਾ ਕੇ ਉਸਦਾ ਵਿਰੋਧ ਕੀਤਾ, ਮਤਾ ਪਾਇਆ, ਉਹ ਮਤੇ ਦੀ ਕਾਪੀ ਜਿਹੜੀ ਅਸੀਂ DC ਸਾਹਿਬ ਦੇ ਸਪੁਰਦ ਕਰਾਂਗੇ। ਸਾਡੀ ਪੰਚਾਇਤ ਯੂਨੀਅਨ ਗੁਰਿੰਦਰਪਾਲ ਸਿੰਘ ਜੀ ਡੈਂਪੀ ਜਿਹੜੇ ਅਜੀਤਵਾਲ ਤੋਂ ਸਾਡੇ ਪ੍ਰਧਾਨ ਨੇ, ਉਹਨਾਂ ਦੇ ਰਾਹੀਂ ਅਸੀਂ ਪੂਰੇ ਜ਼ਿਲ੍ਹੇ ਦੇ ਹਰ ਇੱਕ ਪੰਚਾਇਤ ਨੂੰ ਨਾਲ ਲੈ ਕੇ ਅਸੀਂ DC ਸਾਹਿਬ ਨੂੰ ਆਪਦਾ ਜਿਹੜਾ ਉਹ ਮਤਿਆਂ ਦੇਵਾਂਗੇ। ਸਰ, ਪੀਣ ਵਾਲੇ ਪਾਣੀ ਦੀ ਸਥਿਤੀ ਕੀ ਹੈ ਤੁਹਾਡੇ ਪਿੰਡ ਦੀ? ਸਾਡੇ ਫਿਲਟਰ ਲੱਗਿਆ ਜੀ, RO ਟੈਂਕੀ ਬਣੀ ਹੈ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਬਈ ਸਾਡੇ ਜਿਹੜੀ ਪੰਜਾਬ ਸਰਕਾਰ ਹੈ ਜੀ, ਸਾਨੂੰ ਬਹੁਤ ਉਹਨਾਂ ਨੇ ਅੱਖੋਂ ਰੋਕੇ ਕੀਤਾ। ਕਿਸੇ ਤਾਂ ਅੱਜ ਤੱਕ ਜਿਉਂ ਸਾਡੀ ਪੰਚਾਇਤ ਬਣੀ ਹੈ, ਸਿਰਫ ਸਾਨੂੰ ਪੰਜਾਬ ਸਰਕਾਰ ਨੇ 40,000 ਰੁਪਇਆ ਦਿੱਤਾ ਜੀ। ਜੋ ਅਸੀਂ ਕੰਮ ਕਰਵਾ ਰਹੇ ਹਾਂ, ਤੁਸੀਂ ਦੇਖਿਆ ਹੋਣਾ ਇੰਟਰਲੋਕ ਦਾ ਕੰਮ ਜਿਹੜਾ ਸੀ, ਜੋ ਮਤਲਬ ਸੈਂਟਰ ਸਰਕਾਰ ਤੋਂ ਜਿਹੜੀ ਗ੍ਰਾਂਟ ਆਉਂਦੀ ਹੈ, ਜਾਂ ਅਸੀਂ ਕੋਈ ਨਰੇਗਾ ਦੇ ਵਿੱਚ 70-30 ਦੀ ਰੇਸ਼ੋ ਦੇ ਨਾਲ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਅਸੀਂ ਕੰਮ ਕਰਵਾ ਰਹੇ ਹਾਂ, ਬਟ ਜਾਣੀ ਸਾਨੂੰ ਪੰਜਾਬ ਸਰਕਾਰ ਕੁਛ ਨਹੀਂ ਦੇ ਰਹੀ। ਸਿਰਫ 40,000 ਰੁਪਇਆ ਹੁਣ ਤੱਕ ਜਿਹੜਾ ਹੈ ਚਗਾਵਾਂ ਦੇ ਵਿੱਚ ਆਇਆ, ਅਤੇ ਕੰਮ 'ਤੇ ਤੁਸੀਂ ਨਿਗਾਹ ਮਾਰ ਲਓ ਪਿੰਡ ਦੇ ਵਿੱਚ ਕਿੰਨੇ ਕੰਮ ਹੋਏ ਆ। ਅਤੇ ਪਾਰਕਾਂ ਦੇ ਵਿੱਚ ਵੀ ਅਸੀਂ ਘਰ 10 ਤੋਂ 12 ਲੱਖ ਰੁਪਈਆ ਉਹ ਲਾਇਆ। ਪ੍ਰਾਇਮਰੀ ਸਕੂਲ, ਹਾਈ ਸਕੂਲ ਦੇ ਵਿੱਚ ਅਸੀਂ ਜਿਹੜੇ ਆਮ ਕੈਮਰੇ ਆ ਉਹ ਲਵਾਏ ਆ, ਅਤੇ ਲਾਈਟਾਂ ਵੀ ਅਸੀਂ ਆਪ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਈਡਾਂ 'ਤੇ ਅਸੀਂ ਲਾਈਟਾਂ ਵੀ ਆਪਣੇ ਤੌਰ 'ਤੇ ਅਸੀਂ ਕੰਮ ਕਰ ਰਹੇ ਹਾਂ, ਬਟ ਸਾਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਜਿਹੜੀ ਆ ਨਹੀਂ ਮਿਲ ਰਹੀ। ਸਰ, ਤੁਹਾਡੇ ਪਿੰਡ ਨਰੇਗਾ ਦਾ ਕੰਮ ਕਿੱਦਾਂ ਚੱਲ ਰਿਹਾ? ਨਰੇਗਾ ਠੀਕ ਹੈ ਜੀ, ਸਾਡੇ 100 ਤੋਂ 105 ਕੁ ਲੇਬਰ ਵਾਲੇ ਜਿਹੜੇ ਕੰਮ ਕਰ ਰਹੇ, ਛੱਪੜ ਦੇ ਵਿੱਚ ਡਿਊਟੀ ਦਾ ਕੰਮ ਕਰ ਰਹੇ ਆ, ਅਤੇ ਹੋਰ ਜਿਵੇਂ ਆਪਣਾ ਨਰੇਗਾ ਦੇ ਵਿੱਚ ਅਸੀਂ ਇੱਕ 20 ਇੰਟਰਲੋਕ ਦੀ ਪਾਸ ਕਰਾਈ ਆ ਜੀ, ਅਤੇ ਉਹ ਵੀ ਲਾਈ ਆ ਜੀ ਅਸੀਂ। ਸਰ, 6 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਕਰੋਨਾ ਮਹਾਂਮਾਰੀ ਨੂੰ ਜੋ ਕਿ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਹੈ, ਔਰ ਜਿਹਦੇ ਕਰਕੇ 3 ਮਹੀਨੇ ਪੰਜਾਬ 'ਚ ਲੋਕਡਾਊਨ ਵੀ ਲਗਾਇਆ ਗਿਆ, ਉਸ ਦੌਰਾਨ ਤੁਹਾਡੇ ਪਿੰਡ ਦੀ ਕੀ ਸਥਿਤੀ ਰਹੀ ਹੈ? ਸਾਡੇ ਪੰਚਾਇਤ ਵੱਲੋਂ ਅਸੀਂ ਇਹ ਮਤਲਬ ਬੈਠ ਕੇ ਵਿਚਾਰ ਕੀਤੀ, ਜੇ ਕੱਚਾ ਰਾਸ਼ਨ ਦੇਵਾਂਗੇ ਤਾਂ ਉਹ ਅਸੀਂ ਪੂਰਾ ਨਹੀਂ ਕਰ ਸਕਦੇ ਜੀ, ਅਤੇ ਗੁਰਦੁਆਰਾ ਸਾਹਿਬ ਅਸੀਂ ਫਿਰ ਲੰਗਰ ਲਾਇਆ, ਉਹ 1 ਕੁਇੰਟਲ ਤੋਂ ਲੈ ਕਰਕੇ 80 ਕਿਲੋ ਤੋਂ ਲੈ ਕੇ 1 ਕੁਇੰਟਲ 10 ਕਿਲੋ ਆਟਾ ਰੋਜ਼ ਪੱਕਦਾ ਸੀ ਜੀ, ਅਤੇ ਉਹ ਜਾਣੀ ਅਸੀਂ ਘਰੋਂ ਘਰੀ ਪ੍ਰਸ਼ਾਦਾ ਜਿੰਨੀ ਲੋੜ ਹੁੰਦੀ ਦਾਲ ਪ੍ਰਸ਼ਾਦਾ ਸੇਵਾਦਾਰ ਲਾ ਕੇ ਵਲੰਟੀਅਰ ਘਰੋਂ ਘਰੀ ਅਸੀਂ ਪ੍ਰਸ਼ਾਦਾ ਜਿਹੜਾ ਉਹ 1.25 ਮਹੀਨਾ ਅਸੀਂ ਪਹੁੰਚਦਾ ਕੀਤਾ ਜੀ। ਸਰ, ਇਸ ਦੌਰਾਨ ਸਰਕਾਰ ਤੋਂ ਤੁਹਾਨੂੰ ਕੀ ਸਪੋਰਟ ਮਿਲੀ? ਸਪੋਰਟ ਜੀ ਕੁਛ ਥੈਲੀਆਂ ਆਈਆਂ ਸੀਗੀਆਂ
ਉਹ ਕਿਸੇ ਨੂੰ ਆ ਗਈਆਂ ਕਿਸੇ ਨੂੰ ਰਹਿ ਗਈਆਂ ਉਹ ਬਸ ਦੁਬਾਰਾ ਨਹੀਂ ਕੁਛ ਆਇਆ ਸਰ ਇੱਕ ਜਦ ਤੁਹਾਡੇ ਅਸੀਂ ਪਿੰਡ ਐਂਟਰ ਕੀਤੇ ਅੱਜ ਤੇ ਉੱਥੇ ਇੱਕ ਫੌਜੀ ਭਰਾ ਦੀ ਪੱਥਰ ਦੀ ਬਣੀ ਹੋਈ ਸੀਗੀ ਜਗ੍ਹਾ ਉਹਦਾ ਕੀ ਇਤਿਹਾਸ ਹੈ ਸਾਡੇ ਜਨਰਲ ਗੁਰਬਖਸ਼ ਸਿੰਘ ਹੋਇਆ ਉਹ ਜੀ 1965 ਦੇ ਵਿੱਚ ਬੰਗਲਾਦੇਸ਼ ਦੇ ਨਾਲ ਲੜਾਈ ਲੜੀ ਆ ਉਹ ਜਾਨੀ ਬੰਗਲਾਦੇਸ਼ ਦੀ ਲੜਾਈ ਦਾ ਹੀਰੋ ਜਿਹੜਾ ਉਹ ਸਾਡੇ ਨਗਰ ਦਾ ਸੀ ਉਹ ਜੰਪਲ ਜੀ ਸਰਦਾਰ ਗੁਰਬਖਸ਼ ਸਿੰਘ ਜੀ ਜੀ ਤੇ ਉਹਦੇ ਨਾਮ ਦੇ ਉੱਤੇ 1972 ਦੇ ਵਿੱਚ 1975 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੜਕ ਬਣਾਈ ਗਈ ਸੀਗੀ ਉਹਨਾਂ ਦੇ ਨਾਮ ਦੇ ਉੱਪਰ ਤੇ ਉਹ ਪੱਥਰ ਲੱਗਿਆ ਜੀ ਮੈਂ ਇਹ ਦੱਸਣਾ ਚਾਹੁੰਦਾ ਉਸ ਤੋਂ ਬਾਅਦ ਜਿਹੜਾ ਉਸ ਦੀ ਕੁਰਬਾਨੀ ਨੂੰ ਸਰਕਾਰ ਨੇ ਜਾਨੀ ਅਣਦੇਖੀ ਕੀਤੀ ਹੈ ਹੁਣ ਤੁਸੀਂ ਨਿਗਾਹ ਮਾਰੀ ਵੀ ਹੋਊਗੀ ਉਹ ਸੜਕ ਦਾ ਨਾਮੋ ਨਿਸ਼ਾਨ ਜਿਹੜਾ ਉਹ ਫਿਰਨੀ ਦਾ ਖਤਮ ਹੋ ਚੁੱਕਾ ਹੈ ਪੰਚਾਇਤ ਵੱਲੋਂ ਵੀ ਅਸੀਂ ਬਹੁਤ ਵਾਰੀ ਲਿਖ ਕੇ ਵੀ ਦਿੱਤਾ ਮਤੇ ਵੀ ਪਾਏ ਹੈ ਅਪਰੋਚ ਕੀਤੀ ਹੈ ਮਹਿਕਮੇ ਦੇ ਨਾਲ ਬਟ ਹੁਣ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਉਹ ਨਾਰਾ ਲਾਉਣ ਦੇ ਵੀ ਬਣਾਉਣੇ ਆ ਹੁਣ ਕਰਦੇ ਹਾਂ ਇਹ ਕਰਦੇ ਹਾਂ ਇੱਕ ਮਹੀਨੇ ਨੂੰ ਬਣ ਜਾਊ ਫਲਾਣੇ ਨੂੰ ਹੋ ਜੂ ਸ਼ੁਰੂ ਹੋ ਜੂ ਜਾਨੀ ਕੋਈ ਸਾਨੂੰ ਹਲੇ ਰਿਸਪੋਂਸ ਜਿਹੜਾ ਉਹ ਮਹਿਕਮੇ ਵੱਲੋਂ ਨਹੀਂ ਮਿਲਿਆ ਅਸੀਂ ਤਾਂ ਸਰਕਾਰ ਨੂੰ ਇਹੀ ਪ੍ਰਬੰਧ ਅਪੀਲ ਕਰਦੇ ਹਾਂ ਵੀ ਉਹਨਾਂ ਦੀ ਕੁਰਬਾਨੀ ਨੂੰ ਅਜਾਈ ਨਾ ਜਾਣ ਦਿਓ ਸੜਕ ਜਿਹੜੀ ਹੈ ਫਿਰਨੀ ਉਹ ਬਣਾਈ ਜਾਵੇ ਅਤੇ ਸਾਨੂੰ ਕੋਈ ਗ੍ਰਾਂਟ ਜਿਹੜੀ ਹੈ ਉਹ ਇਸ਼ੂ ਕੀਤੀ ਜਾਵੇ ਇਹੀ ਅਸੀਂ ਜਿਹੜੀ ਸਰਕਾਰ ਤੋਂ ਮੰਗ ਕਰਦੇ ਹਾਂ ਨਸ਼ੇ ਦੀ ਕੁਛ ਕੰਟਰੋਲ ਆ ਜੀ ਹਾਂਜੀ ਅਸੀਂ ਲੋਕਾਂ ਨੂੰ ਜਾਗਰਤ ਕਰਦੇ ਰਹਿੰਦੇ ਹਾਂ ਜਾਨੀ ਠੀਕ ਆ ਸਾਡਾ ਪਿੰਡ ਜੀ ਸਰ ਸਾਡੇ ਚੈਨਲ ਰਾਹੀਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਵੀ ਜੋ ਸਾਡਾ ਹੱਕ ਬਣਦਾ ਜੇ ਤੁਸੀਂ ਸਾਨੂੰ ਵੱਧ ਨਹੀਂ ਦੇਣਾ ਜਨਸੰਖਿਆ ਦੇ ਹਿਸਾਬ ਦੇ ਨਾਲ ਜਾਨੀ ਇਹੀ ਮੰਗ ਕਰਦੇ ਸਾਨੂੰ ਕੁਛ ਨਾ ਕੁਛ ਤਾਂ ਦਿਓ ਅਸੀਂ ਪਿੰਡ ਦਾ ਕੁਛ ਵਿਕਾਸ ਕਰ ਸਕੀਏ ਜਾਨੀ ਮੈਂ ਇਹੀ ਫਿਰ ਕਹਿ ਰਿਹਾ ਵੀ ਸਾਨੂੰ ਹੁਣ ਤੱਕ 40,000 ਰੁਪਈਆ ਪੰਜਾਬ ਸਰਕਾਰ ਵੱਲੋਂ ਆਇਆ ਉਸ ਤੋਂ ਉੱਪਰ ਸਾਨੂੰ ਕੋਈ ਹਾਲੇ ਪੈਸਾ ਜਿਹੜਾ ਨਹੀਂ ਆਇਆ ਸੈਂਟਰ ਦੀ ਜਿਹੜੀ ਸਰਕਾਰ ਦੀ ਜੋ ਸਾਨੂੰ 6 ਮਹੀਨੇ ਬਾਅਦ ਉਹ ਜਨਸੰਖਿਆ ਦੇ ਹਿਸਾਬ ਦੇ ਨਾਲ ਸਾਨੂੰ ਗ੍ਰਾਂਟ ਪਾਉਂਦੇ ਆ ਉਹਦੇ ਨਾਲ ਅਸੀਂ ਪਿੰਡ ਦੇ ਜਿਹੜੇ ਆ ਕੰਮ ਉਹ ਕਰ ਰਹੇ ਹਾਂ ਸਰ ਖੇਡਾਂ ਨੂੰ ਲੈ ਕੇ ਤੁਹਾਡਾ ਪਿੰਡ ਕਿੱਥੇ ਖੜਾ ਹੈ ਖੇਡਾਂ ਨੂੰ ਜੀ ਪਹਿਲਾਂ ਅਸੀਂ ਟੂਰਨਾਮੈਂਟ ਕਰਵਾਉਂਦੇ ਸੀ ਜੀ ਮਾਹੌਲ ਦੇ ਹਿਸਾਬ ਦੇ ਨਾਲ ਅਸੀਂ ਜਾਣੇ 4 ਤੋਂ 5 ਸਾਲ ਹੋ ਗਏ ਟੂਰਨਾਮੈਂਟ ਕਰਵਾਇਆ ਟੂਰਨਾਮੈਂਟ ਕਰਵਾ ਕੇ ਹਟ ਕੇ ਅਸੀਂ ਦੂਸਰੇ ਦਿਨ ਗੇੜਾ ਮਾਰਿਆ ਜਾਣੇ ਚਾਰੇ ਪਾਸੇ ਸਰਿੰਜਾਂ ਹੀ ਸਰਿੰਜਾਂ ਜਾਣੀਆਂ ਹੋਈਆਂ ਜੀ ਮੈਂ ਤਾਂ ਖਿਡਾਰੀ ਵੀਰਾਂ ਨੂੰ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ ਵੀਰ ਕਿਸੇ ਤਰ੍ਹਾਂ ਦੀ ਖੇਡ ਖੇਡਦੇ ਆ ਕੋਈ ਵੀ ਆ ਚਾਹੇ ਕਬੱਡੀ ਆ ਚਾਹੇ ਫੁੱਟਬਾਲ ਆ ਵੀ ਜੇ ਤੁਸੀਂ ਖੇਡਣੀ ਆ ਨਿਰੋਲ ਨਸ਼ੇ ਪੱਤੇ ਤੋਂ ਰਹਿਤ ਹੋ ਕੇ ਖੇਡੋ ਨਸ਼ਾ ਕਰਕੇ ਖੇਡਣ ਦਾ ਕੋਈ ਫਾਇਦਾ ਨਹੀਂ ਤੁਸੀਂ ਆਪਦੀ ਜ਼ਿੰਦਗੀ ਖਰਾਬ ਕਰਦੇ ਹੋ ਪਰਿਵਾਰ ਦਾ ਨੁਕਸਾਨ ਹੁੰਦਾ ਉਹ ਤੋਂ ਬਿਹਤਰ ਹੈ ਜਿਹੜੀ ਆ ਉਹ ਖੇਡ ਦਾ ਕੋਈ ਫਾਇਦਾ ਨਹੀਂ ਗਾ ਨਾ ਖੇਡੋ ਇਸ ਤੋਂ ਸਰ ਸਾਡੇ ਚੈਨਲ ਰਾਹੀਂ ਤੁਸੀਂ ਪੰਜਾਬ ਤੋਂ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਇਹੀ ਹੈ ਜੀ ਕਿ ਜੋ ਆਪਾਂ ਆਪਦੇ ਨਗਰ ਲਈ ਦੇਸ਼ ਲਈ ਕੰਮ ਕਰਦੇ ਹਾਂ ਪਰਿਵਾਰ ਲਈ ਕੰਮ ਕਰਦੇ ਹਾਂ ਦੇਸ਼ ਲਈ ਵੀ ਕੁਛ ਕਰੋ ਜਾਣੀ ਸਰਕਾਰ ਪੰਚਾਇਤ ਦਾ ਮੈਂ ਤਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਵੀ ਪੰਚਾਇਤ ਦਾ ਸਾਥ ਦੇਵੋ ਤਾਂ ਕਿ ਪਿੰਡ ਦਾ ਆਪਾਂ ਵਿਕਾਸ ਜਿਹੜਾ ਉਹ ਕਰ ਸਕੀਏ ਨਸ਼ੇ ਪੱਤੇ ਤੋਂ ਰਹਿਤ ਹੋਵੋ ਆਪਦੇ ਵਧੀਆ ਜ਼ਿੰਦਗੀ ਜਿਹੜੀ ਆ ਉਹ ਬਸਰ ਕਰੋ ਮੈਮ ਇੱਕ ਕੁਐਸਚਨ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਆਪਣੇ ਦੇਸ਼ ਵਿੱਚ ਇੱਕ ਮਹਾਂਮਾਰੀ ਫੈਲੀ ਹੋਈ ਹੈ ਠੀਕ ਹੈ ਇੱਕ ਲੇਡੀ ਸਰਪੰਚ ਹੋਣ ਦੇ ਨਾਤੇ ਤੁਸੀਂ ਸਰਕਾਰ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਹਾਂਜੀ ਮੈਂ ਸਰਪੰਚ ਹੋਣ ਦੇ ਨਾਤੇ ਇਹੀ ਸਰਕਾਰ ਨੂੰ ਬੇਨਤੀ ਕਰਦੀ ਹਾਂ ਵੀ ਜਿਹੜੇ ਆ ਰੇਪ ਹੋ ਰਹੇ ਆ ਮੈਂ ਵੀ ਕਿਸੇ ਦੀ ਧੀ ਹਾਂ ਅਤੇ ਮੈਂ ਅਗਾਂਹ ਅੱਗੇ ਮਾਂ ਵੀ ਹਾਂ ਅਤੇ ਕਿਸੇ ਦੀ ਭੈਣ ਵੀ ਹਾਂ ਵੀ ਇਹ ਜਿਹੜਾ ਕੰਮ ਆਪਣੇ ਦੇਸ਼ ਵਿੱਚ ਹੋ ਰਿਹਾ ਬਹੁਤ ਹੀ ਨਿੰਦਣਯੋਗ ਆ ਵੀ ਇਹਦੇ ਬਾਰੇ ਕਿਸੇ ਵੀ ਘਰ ਦੀ ਆ ਧੀ ਛੋਟੇ ਘਰ ਦੀ ਆ ਵੱਡੇ ਘਰ ਦੀ ਆ ਅਮੀਰ ਦੀ ਆ ਗਰੀਬ ਦੀ ਆ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਮੈਂ ਆਪ ਬੱਚਿਆਂ ਨੂੰ ਵੀ ਇਹੀ ਕਹਿੰਦੀ ਹਾਂ ਨੌਜਵਾਨ ਵੀਰਾਂ ਨੂੰ ਵੀ ਤੁਹਾਡੀ ਭੈਣ ਵੀ ਆ ਉਹ ਵੀ ਬਹੁਤ ਕੁਛ ਲੱਗਦੀਆਂ ਹੁੰਦੀਆਂ ਆਪਦੀ ਆਪਦੀ ਸਖੀ ਭੈਣ ਪਿੰਡ ਦੀ ਵੀ ਹੈ ਜੋ ਕੋਈ ਵੀ ਆ ਉਹ ਆਪ ਦੀ ਹੁੰਦੀ ਹੈ ਵੀ ਇਹਦੇ ਬਾਰੇ ਗੁਰੇਜ਼ ਕਰਨਾ ਚਾਹੀਦਾ ਸਰਕਾਰ ਨੂੰ ਇਹ ਅਪੀਲ ਕਰਦੀ ਹਾਂ ਵੀ ਇਹਦੇ 'ਤੇ ਜੇ ਕੰਮ ਘਨਾਉਣੇ ਕੰਮ 'ਤੇ ਨੱਥ ਪਾਈ ਜਾਵੇ ਮੰਗ ਕਰਦੀ ਹਾਂ ਵੀ ਇਸ ਘਨਾਉਣੇ ਕੰਮ ਕਰਨ ਵਾਲੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਹੈ
ਇਸੇ ਪਿੰਡ ਚੁਗਾਵਾਂ ਦੇ ਸਰਪੰਚ ਨਰਿੰਦਰ ਕੌਰ ਦੇ ਪ੍ਰਤੀਨਿਧੀ ਬਲਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਬੇਬਾਕੀ ਨਾਲ ਦਿੱਤੇ। ਇਸੇ ਤਰ੍ਹਾਂ ਮਿਲਵਾਉਂਦੇ ਰਵਾਂਗੇ ਹੋਰ ਹਸਤੀਆਂ ਦੇ ਨਾਲ। ਸਤਿ ਸ਼੍ਰੀ ਅਕਾਲ।